ਜਿਹੜਾ ਮੇਰਾ ਅਗਲਾ ਸਵਾਲ ਥੋੜਾ ਜਿਹਾ ਉਹਦਾ ਟੌਪਿਕ ਵੱਖਰਾ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਉਹ ਪੋਹ ਸੁਦੀ ਸਪਤਮੀ ਉਹਨੂੰ ਤੁਸੀਂ ਡਿਸਕ੍ਰਾਈਬ ਕਰ ਸਕਦੇ ਉਹਦਾ ਮੀਨਿੰਗ ਕੀ ਹੈ? ਪੋਹ ਸੁਦੀ ਸਪਤਮੀ ਮੀਨਸ ਪੋਹ ਸੁਦੀ ਸਪਤਮੀ ਕਲੀਅਰ ਹੈਗਾ ਉਹਦੇ ਤੇ ਕੋਈ ਬਹੁਤੀ ਨਹੀਂ ਮੈਂ ਦੱਸ ਦਿੰਦਾ। ਏਦਾਂ ਹੁੰਦਾ ਕੈਲੰਡਰ ਜਿਹੜੇ ਆ ਨਾ ਉਹ ਦੋ ਕਿਸਮ ਦੇ ਹੁੰਦੇ ਆ ਕੈਲੰਡਰ ਜਿਹੜੇ ਦਿਨ ਤਿਉਹਾਰਾਂ ਦੇ। ਤੁਸੀਂ ਅਗਰ ਹੁਣ ਤੇ ਤੁਹਾਡੇ ਕੋਲ ਸਾਧਨ ਬਹੁਤ ਹੋ ਗਏ ਆ ਅਗਰ ਗੂਗਲ ਦੇ ਵਿੱਚ ਜਾਓਗੇ ਜਾਂ ਤੁਸੀਂ ਲਿਊਨਰ ਕੈਲੰਡਰ ਜਾਂ ਸੋਲਰ ਕੈਲੰਡਰ ਜਾਂ ਉਹ ਸਾਰਾ ਜਦੋਂ ਦੇਖੋਗੇ ਤੇ ਜਦੋਂ ਮੱਸਿਆ ਹੁੰਦੀ ਹੈ ਕੱਤਕ ਮਹੀਨੇ ਦੀ ਸੁਦੀ ਪੱਖ ਦੀ ਉਹਦੇ ਵਿੱਚ ਜਿਹੜਾ ਸੱਤਵਾਂ ਦਿਨ ਹੋਏਗਾ ਨਾ ਉਹ ਪੋਹ ਸੁਦੀ ਸੱਤਵੀਂ ਹੈ। ਥੋੜਾ ਜਿਹਾ ਕਲੀਅਰ ਕਰਾਂ, ਦੋ ਪੱਖ ਹੁੰਦੇ ਆ ਇੱਕ ਚੜ੍ਹਦਾ ਇੱਕ ਲੈਂਦਾ। ਜਦੋਂ 15 ਦਿਨ ਚੜ੍ਹਦਾ ਜਦੋਂ ਹੁਣ ਕੱਤਕ ਪੁੰਨਿਆ ਜਿਹੜਾ ਕੱਤਕ ਦੇ ਮਹੀਨੇ ਦੇ ਵਿੱਚ ਜਦੋਂ ਫੁੱਲ ਮੂਨ ਹੁੰਦਾ ਫੁੱਲ ਮੂਨ ਫਿਰ ਘਟਣਾ ਸ਼ੁਰੂ ਹੁੰਦਾ ਫੁੱਲ ਮੂਨ ਜਦੋਂ ਹੈ ਉਹ ਕੱਤਕ ਪੁੰਨਿਆ। ਠੀਕ ਹੈ, ਹੁਣ ਬੜਾ ਸਿੰਪਲ ਜੇ ਇਹਨੂੰ ਸਮਝ ਲਓ ਕਿ ਜਦੋਂ ਤੁਸੀਂ ਦੇਖੋਗੇ ਤੁਸੀਂ ਇੱਥੇ ਦਾ ਗੂਗਲ ਦਾ ਉਹਨਾਂ ਦਾ ਕੋਈ ਸਿੱਖਾਂ ਦਾ ਮਤਲਬ ਨਹੀਂ ਹੈ, ਉਹਨਾਂ ਨੇ ਹਜ਼ਾਰਾਂ ਸਾਲ ਬਾਅਦ ਦਾ ਵੀ ਤੁਸੀਂ ਦੇਖ ਲਓ ਹਜ਼ਾਰਾਂ ਸਾਲ ਪਿੱਛੇ ਦਾ ਵੀ ਦੇਖ ਲਓ। ਇਹਨਾਂ ਨੇ ਕੀਤਾ ਕੀ ਹੈ ਕਿ ਉਹ ਜਦੋਂ ਕੱਤਕ ਪੁੰਨਿਆ ਹੋਏਗੀ ਨਾ ਫੁੱਲ ਮੂਨ ਹੋਏਗਾ ਉਹ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੈ ਜਿਹੜਾ ਪੰਥ ਨੇ ਪ੍ਰਵਾਨ ਕੀਤਾ। ਹੁਣ ਦਿੱਕਤ ਇਹ ਉਹਦੇ ਚ ਜਿਹੜਾ ਮੇਨ ਚੀਜ਼ ਇਹ ਹੈਗੀ ਹੈ ਕਿ ਜਦੋਂ ਤੁਸੀਂ ਉਹਨੂੰ ਦੇਖੋਗੇ ਅੱਜ ਤੋਂ ਜਦੋਂ ਬਾਹਰ ਨਿਕਲੋਗੇ ਐਤਕੀ ਅਗਰ ਤੁਸੀਂ ਦੇਖਿਆ ਹੋਣਾ ਗੁਰਪੁਰਬ ਵਾਲੇ ਦਿਨ ਦੀ ਗੱਲ ਹੈ ਉੱਥੇ ਗੁਰਦੁਆਰਾ ਸਾਹਿਬ ਹੀ ਮੈਨੂੰ ਇੱਕ ਪੁੱਛਣ ਲੱਗਾ ਜੀ ਦੋ ਕੈਲੰਡਰ ਹੋ ਗਏ ਫਲਾਣਾ ਹੋ ਗਿਆ, ਮੈਂ ਕਿਹਾ ਅੱਜ ਕੀ ਹੈ ਕੱਤਕ ਪੁੰਨਿਆ, ਮੈਂ ਕਿਹਾ ਚੰਦਰਮਾ ਦੇਖਿਆ ਸੀ, ਕਹਿੰਦਾ ਹਾਂ, ਮੈਂ ਕਿਹਾ ਉਦਨ ਫੁੱਲ ਮੂਨ ਸੀ, ਕਹਿੰਦਾ ਹਾਂ ਫੁੱਲ ਮੂਨ ਸੀ ਬਹੁਤ ਸੋਹਣਾ ਸੀਗਾ, ਮੈਂ ਕਿਹਾ ਜੇ ਅਗਰ ਉਹਦੀ ਤਰੀਖ ਫਿਕਸ ਕਰ ਦਈਏ ਫਿਰ ਉਹ ਆਏਗੀ ਇਹ ਦਸ਼ਾ ਅਸਮਾਨ ਦੀ ਨਹੀਂ ਹੋਏਗੀ, ਕਦੀ ਨਹੀਂ ਹੋਏਗੀ, ਕੱਤਕ ਪੁੰਨਿਆ ਨਹੀਂ ਹੋਏਗੀ। ਠੀਕ ਹੈ ਕਿ ਨਹੀਂ? ਸੋ ਇਹ ਜਿਹੜੀ ਦਿਨ ਹੈ ਇਹ ਸਾਇੰਟਿਫਿਕ ਹੈ, ਕੁਦਰਤ ਦੇ ਨਿਯਮ ਨਾਲ ਕੁਦਰਤ ਦਾ ਪਤਾ। ਹੁਣ ਮੱਸਿਆ ਦੀ ਡੇਟ ਕੋਈ ਫਿਕਸ ਨਹੀਂ ਕਰ ਸਕਦਾ, ਪੁੰਨਿਆ ਦੀ ਡੇਟ ਫਿਕਸ ਨਹੀਂ ਕਰ ਸਕਦਾ, ਕੁਦਰਤ ਨੇ ਬਣਾਏ ਹੈ ਨਾ, ਮੱਸਿਆ ਕੁਦਰਤ ਦੇ ਨਿਯਮ ਨਾਲ ਆਏਗੀ। ਹੁਣ ਜੇ ਤੁਸੀਂ ਕਹਿ ਦਿਓ ਕਿਸੇ ਨੂੰ ਅੱਛਾ ਅਗਲੀ ਮੱਸਿਆ ਨੂੰ ਅਸੀਂ ਮਿਲਾਂਗੇ, ਤੁਹਾਨੂੰ ਤਰੀਕ ਪੁੱਛਣ ਦੀ ਲੋੜ ਪਏਗੀ, ਤੁਹਾਨੂੰ ਤਰੀਕ ਦੱਸਣ ਦੀ ਲੋੜ ਪਏਗੀ, ਤਰੀਕ ਤੁਸੀਂ ਫਿਕਸ ਕਰ ਸਕਦੇ ਹੋ। ਇਹ ਤੇ ਇਦਾਂ ਹੀ ਹੋਇਆ ਇੱਥੇ ਦੇ ਬੰਦੇ ਨੂੰ ਕਹੋ ਜੀ ਐਤਕੀ ਗੁੱਡ ਫਰਾਈਡੇ ਕਿਹੜੇ ਦਿਨ ਆਏਗਾ, ਉਹਦੀ ਡੇਟ ਕਿੱਦਾਂ ਫਿਕਸ ਕਰ ਸਕਦੇ ਹੋ? ਗੁੱਡ ਫਰਾਈਡੇ ਦੀ ਡੇਟ ਕੌਣ ਫਿਕਸ ਕਰੇਗਾ? ਇਟਸ ਵੈਰੀ ਨੌਨਸੈਂਸ, ਪਾਗਲਪਨ ਹੈ ਕਿ ਜਿਹੜਾ ਕੋਈ ਇਹਨਾਂ ਦਿਨਾਂ ਦੀ ਕੋਈ ਡੇਟ ਫਿਕਸ ਕਰਨ ਦੀ ਗੱਲ ਕਰਦਾ ਹੈ ਉਹ ਤਾਂ ਨਿਹਾਇਤ ਪਾਗਲਪਨ ਹੈ। ਠੀਕ ਹੈ, ਹੁਣ ਰਹਿ ਗਏ ਕੈਲੰਡਰ ਦੇ ਉੱਤੇ, ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਤੇ ਦੱਸ ਦਿਆਂ। ਬੜੀ ਸਿੰਪਲ ਪਹਿਲੀ ਗੱਲ ਤਾਂ ਹੈ ਕਿ ਜਿਹੜਾ ਵੀ ਇਹ ਪੁਰੇਵਾਲ ਕੈਲੰਡਰ ਬਣਾਇਆ ਗਿਆ ਇਹ ਕੌਮ ਦੇ ਨਾਲ ਬਹੁਤ ਵੱਡਾ ਧੋਖਾ, ਫਰਾਡ ਔਰ ਬੇਈਮਾਨੀ ਕੀਤੀ ਗਈ। ਮਕਸਦ ਸਿਰਫ ਉਹੀ ਹੈ ਜਿੰਨੀਆਂ ਉਹ ਸਾਰੀਆਂ ਸਵਾਲ ਹੈ ਨਾ, ਦੁਬਦਾ ਪਾਣੀ ਹੈ, ਕੋਈ ਨਾ ਕੋਈ ਕਨਫਿਊਜ਼ਨ ਕ੍ਰੀਏਟ ਕਰਨਾ, ਕੁਛ ਨਾ ਕੁਛ ਵਿਘਨ ਪਾਉਣਾ ਹਰ ਗੱਲ ਦੇ ਵਿੱਚ। ਹੁਣ ਇਹ ਜਿਹੜੀ ਕੈਲੰਡਰ ਦਾ ਡੇਟ ਹੁੰਦੀ ਹੈ, ਡੇਟ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ? ਜਿਹੜਾ ਕੈਲੰਡਰ ਤੁਸੀਂ ਅੱਜ ਦੇਖ ਰਹੇ ਹੋ 11 ਨਵੰਬਰ, 12 ਨਵੰਬਰ, 10 ਨਵੰਬਰ ਜਿਹੜੇ ਜਿਹਨੂੰ ਅੰਗਰੇਜ਼ੀ ਕੈਲੰਡਰ ਕਹਿੰਦੇ ਆ, ਇਹ ਅਸਲ ਵਿੱਚ ਗ੍ਰਿਗੋਰੀਅਨ ਕੈਲੰਡਰ ਹੈ, ਇਹਨੂੰ ਗ੍ਰਿਗੋਰੀਅਨ ਕੈਲੰਡਰ ਕਹਿੰਦੇ ਆ। ਇਸ ਤੋਂ ਪਹਿਲੇ ਜੂਲੀਅਨ ਕੈਲੰਡਰ ਹੁੰਦਾ ਸੀ, ਮਗਰ ਪੋਪ ਗ੍ਰੈਗਰੀ ਜਦੋਂ ਆਇਆ ਉਹ ਪੋਪ ਸੀ, ਧਾਰਮਿਕ ਲੀਡਰ ਸੀ, ਉਸਨੇ 13 ਦਿਨ ਅੱਗੇ ਕਰ ਦਿੱਤੇ, ਉਹਨੇ ਆਪਣੀ ਮਰਜ਼ੀ ਨਾਲ ਕਰ ਦਿੱਤੇ, ਉਹਨੇ ਡੇਟ ਚੇਂਜ ਕਰ ਦਿੱਤੀਆਂ। ਹੁਣ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਗੁਰੂ ਸਾਹਿਬ ਦੇ ਵੇਲੇ ਸੀਗਾ ਉਹ ਹੋਰ ਸੀ, ਕਿਤੇ ਹੁਣ ਦਾ ਜਿਹੜਾ ਵੱਖਰਾ ਹੈਗਾ ਜੀ, ਉਸ ਦੇ ਨਾਲ ਵੀ ਲੈ ਲਿਆ ਜਾਏ 13 ਦਿਨ ਦਾ, ਇੱਥੇ ਹੀ ਫਰਕ ਪੈ ਗਿਆ। ਦੂਜੀ ਚੀਜ਼ ਇਹ ਹੋਈ, ਉਹਦੇ ਚ ਬੜੀ ਸਿੰਪਲ ਜੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹੜਾ ਕੈਲੰਡਰ ਬਿਕਰਮੀ ਕੈਲੰਡਰ ਹੈ, ਜਿਹੜਾ ਬਿਕਰਮੀ ਕੈਲੰਡਰ ਹੈ, ਉਹ ਕੈਲੰਡਰ ਦੀ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਸੰਗਰਾਂਦ ਤੋਂ। ਸੰਗਰਾਂਦ, ਸੰਗਰਾਂਦ ਲਫ਼ਜ਼ ਸੰਸਕ੍ਰਿਤ ਦੇ ਲਫ਼ਜ਼ ਸੰਕ੍ਰਾਂਤੀ ਤੋਂ ਬਣਿਆ। ਸੰਕ੍ਰਾਂਤੀ ਹੁੰਦਾ ਜੋੜ, ਜਦੋਂ ਸੂਰਜ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ, ਜਿਵੇਂ ਧਰਤੀ ਨੂੰ
ਡਿਵਾਈਡ ਕੀਤਾ ਹੋਇਆ ਲੌਂਗੀਚਿਊਡ ਤੇ ਲੈਟੀਚਿਊਡ ਦੇ ਵਿੱਚ, ਇੱਕ ਮੰਨਿਆ ਹੋਇਆ ਕਿ ਇਹ ਲੌਂਗੀਚਿਊਡ ਹੈ ਤੇ ਲੈਟੀਚਿਊਡ ਹੈਗੇ ਆ, ਠੀਕ ਹੈ, ਵੰਡਿਆ ਹੋਇਆ ਖਾਨੇ ਬਣਾਏ। ਸਿਮੀਲਰਲੀ ਅਸਮਾਨ ਨੂੰ ਵੀ ਵੰਡਿਆ ਹੋਇਆ ਐਸਟ੍ਰੋਨੋਮਿਕਲੀ ਸਾਇੰਸ ਦੇ ਨਾਲ, ਉਹਨੂੰ ਉਹਨਾਂ ਨੇ ਵੰਡਿਆ 12 ਹਿੱਸਿਆਂ ਚ ਵੰਡਿਆ। ਹੁਣ ਧਰਤੀ ਘੁੰਮ ਰਹੀ ਹੈ, ਠੀਕ ਹੈ, ਤੇ ਜਦੋਂ ਧਰਤੀ ਘੁੰਮਦਿਆਂ ਹੋਇਆ ਸੂਰਜ, ਜਦੋਂ ਧਰਤੀ ਜਿਹੜੀ ਹੈ ਸੂਰਜ ਦੇ ਉਹ ਜਿਹੜੇ ਵੰਡੀ ਹੋਈ ਉਸ ਡਿਵੀਜ਼ਨ ਚੋਂ ਇੱਕ ਚੋਂ ਦੂਜੇ ਪਾਸੇ ਜਿਸ ਦਿਨ ਕ੍ਰਾਸ ਕਰਦੀ ਹੈ ਉਹਨੂੰ ਸੰਗਰਾਂਦ ਕਹਿੰਦੇ ਆ। ਬੜਾ ਸਿੰਪਲ ਹੋ ਗਿਆ। ਹੁਣ ਉਹ ਜਦੋਂ ਚੇਂਜ ਹੁੰਦਾ ਐਕਚੁਅਲੀ ਧਰਤੀ ਜਾ ਰਹੀ ਹੈ ਪਰ ਸਾਨੂੰ ਲੱਗਦਾ ਸੂਰਜ ਜਾ ਰਿਹਾ, ਸੂਰਜ ਨਹੀਂ ਜਾਂਦਾ, ਸੂਰਜ ਦਿਸ਼ਾ ਆਪਣੀ ਉਹਦੀ ਉਹੀ ਹੈ ਪਰ ਸਾਨੂੰ ਲੱਗਦਾ ਅਸੀਂ ਜਦੋਂ ਧਰਤੀ ਜਿਹੜੀ ਹੈ ਉਹ ਗਈ ਹੈ ਤੇ ਸਾਨੂੰ ਲੱਗਦਾ ਸੂਰਜ ਚਲਾ ਗਿਆ, ਮਗਰ ਉਹ ਡੇਟ ਜਿਹੜੀ ਹੈ ਜਿਸ ਡੇਟ ਨੂੰ ਸੂਰਜ ਇੱਕ ਰਾਸ਼ੀ ਚੋਂ ਆਮ ਬੋਲੀ ਚ ਇੱਕ ਰਾਸ਼ੀ ਚੋਂ ਦੂਜੀ ਚ ਗਿਆ ਉਹਨੂੰ ਕਹਿੰਦੇ ਸੰਗਰਾਂਦ। ਹੁਣ ਇਹਦਾ ਮਤਲਬ ਇਹ ਹੋ ਗਿਆ ਸੰਗਰਾਂਦ ਦੀ ਡੇਟ ਨੂੰ ਕੋਈ ਬੰਦਾ ਫਿਕਸ ਨਹੀਂ ਕਰ ਸਕਦਾ, ਨਾ ਸ਼੍ਰੋਮਣੀ ਕਮੇਟੀ ਕਰ ਸਕਦੀ, ਨਾ ਅਮਰੀਕਾ ਗਵਰਨਮੈਂਟ ਕਰ ਸਕਦਾ, ਨਾ ਹੀ ਟਰੰਪ ਕਰ ਸਕਦਾ ਤੇ ਨਾ ਹੀ ਪੂਰੇਵਾਲ ਕਰ ਸਕਦਾ, ਕੋਈ ਬੰਦਾ ਉਹਦੀ ਡੇਟ ਚੇਂਜ ਨਹੀਂ ਕਰ ਸਕਦਾ। ਹੁਣ ਹੋਇਆ ਕੀ ਹੈ, ਹੋਇਆ ਕੀ ਹੈ, ਇਹ ਬੰਦੇ ਸਿਆਣੇ ਇੰਨੇ ਇਹਨਾਂ ਨੇ ਕਹਿਤਾ ਜੀ ਅਸੀਂ ਸੰਗਰਾਂਦ ਦੀ ਡੇਟ ਫਿਕਸ ਕਰ ਦਿੰਦੇ ਹਾਂ। ਇਸ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਨੁਕਤਾ ਹੋਰ ਦੇਣਾ ਚਾਹਾਂਗਾ, ਬਹੁਤ ਜ਼ਰੂਰੀ। ਇਹ ਰੋਲਾ ਪਾ ਰਹੇ ਹੈ ਵਾਰ ਵਾਰ ਕਿ ਜੀ 2003 ਦਾ ਮੂਲ ਕੈਲੰਡਰ, 2003 ਦਾ ਮੂਲ ਕੈਲੰਡਰ, ਇਹ ਪੜ੍ਹਿਆ ਹੋਣਾ, ਪਰ ਪੂਰੇਵਾਲ ਦਾ ਕੈਲੰਡਰ ਤੇ 1999 ਸ਼੍ਰੋਮਣੀ ਕਮੇਟੀ ਨੇ ਛਾਪਿਆ ਸੀ, ਤੇ ਮੂਲ ਕਿਹੜਾ ਹੋਇਆ 1999 ਦਾ ਕਿ 2003 ਦਾ? ਜਿਹੜਾ ਛਪਿਆ ਕੈਲੰਡਰ ਹੈ ਉਹ 1999 ਦਾ, ਮਗਰ ਉਸ 1999 ਨੂੰ ਛੱਡ ਦਿੱਤਾ ਤੇ 2003 ਦਾ ਮੂਲ ਕੈਲੰਡਰ ਹੈ ਜੀ ਉਹਨੂੰ ਕਰੋ। ਤੇ ਉਹ ਉਹਦੇ ਚ ਕੀਤਾ ਕਿ ਹੁਣ ਸੰਗਰਾਂਦ ਕਿੱਦਾਂ ਫਿਕਸ ਹੋਣੀ ਸੀ ਮੈਂ ਤੁਹਾਨੂੰ ਦੱਸਦਾ ਕਿ 23 ਪੋਹ ਜਿਹੜੀ ਇਹਨਾਂ ਦਾ ਕਹਿਣਾ ਜੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਉਦੋਂ 23 ਪੋਹ ਸੀ, ਠੀਕ ਹੈ। ਹੁਣ 23 ਪੋਹ ਨੂੰ ਮਤਲਬ ਉਹ ਡੇਟ ਫਿਕਸ ਕਰਨੀ ਬੜੀ ਮੁਸ਼ਕਲ ਹੈ, ਕਿੱਦਾਂ ਕਰਾਂਗੇ ਅੰਗਰੇਜ਼ੀ ਕੈਲੰਡਰ ਦੀ। ਇਹਨਾਂ ਨੇ ਕੀਤਾ ਕਿ ਬੜਾ ਇੰਟਰਸਟਿੰਗ ਜੇ, ਬੜਾ ਵੱਡਾ ਫਰਾਡ ਮੈਂ ਤਾਂ ਕਿਹਾ ਨਾ, ਧੋਖਾ ਕੀਤਾ ਕੌਮ ਨਾਲ ਕਿ 23 ਪੋਹ ਡੇਟ ਫਿਕਸ ਕਰ ਦਿੱਤੀ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੈ, ਇਹ ਅਸੀਂ 5 ਜਨਵਰੀ ਨੂੰ ਫਿਕਸ ਕਰ ਦਿੱਤਾ, ਠੀਕ ਹੈ, ਔਰ ਅਸੀਂ ਪਿੱਛੇ ਤੁਰ ਪਏ 23 ਦਿਨ ਪਿੱਛੇ ਜਾ ਕੇ ਜਿਹੜਾ ਡੇਟ ਆਈ ਹੈ ਇੱਕ ਉਹਨੂੰ ਅਸੀਂ ਸੰਗਰਾਂਦ ਫਿਕਸ ਕਰ ਦਿੱਤਾ। ਅਰੇ ਸੰਗਰਾਂਦ ਤੁਸੀਂ ਕਿੱਦਾਂ ਫਿਕਸ ਕਰ ਦੋਗੇ? ਤੁਸੀਂ ਸਮਝ ਆ ਰਹੀ ਹੈ ਗੱਲ ਨੂੰ? ਸੰਗਰਾਂਦ ਮਤਲਬ ਉਹਨੂੰ ਬੈਕ ਜਾ ਕੇ ਉੱਥੇ ਡੇਟ ਨੂੰ ਸੰਗਰਾਂਦ ਫਿਕਸ ਕਰ ਦਿੱਤਾ। ਹੁਣ ਇਹ ਕੀ ਕਰਤਾ ਜੀ, 5 ਜਨਵਰੀ ਅਸੀਂ ਜਦੋਂ ਕਰਾਂਗੇ 5 ਜਨਵਰੀ ਹੋਇਆ ਕਰੇਗੀ। ਇਹ ਤਾਂ ਬੜਾ ਵੱਡਾ ਸਿਆਣਪ ਦੀ ਹੱਦ ਹੋ ਗਈ। ਇਹਨਾਂ ਨੂੰ ਪੁੱਛਿਆ, ਮੇਰੇ ਨਾਲ ਖੁਦ ਗੱਲ ਹੋਈ ਸੀ, ਪੂਰੇਵਾਲ ਜੀ ਨਾਲ ਆਏ ਸੀ ਮੇਰੇ ਕੋਲ ਕਿ ਜੀ ਇਹ ਤੁਸੀਂ ਜਿਹੜੀ ਸੰਗਰਾਂਦ ਫਿਕਸ ਕੀਤੀ ਹੈ ਤੇ ਤੁਸੀਂ ਇਸ ਦਿਨ ਸੰਗਰਾਂਦ ਹੈਗੀ ਹੈ? ਬੜਾ ਸਿੰਪਲ ਸਵਾਲ ਹੈ ਕਿ ਇਹ ਸੰਗਰਾਂਦ ਹੈ ਅੱਜ ਸੂਰਜ ਇੱਕ ਰਾਸ਼ੀ ਚ ਦੂਜੀ ਜਾ ਰਿਹਾ? ਕਹਿੰਦੇ ਨਹੀਂ ਹੈ। ਮੈਂ ਕਿਹਾ ਇਹਦਾ ਮਤਲਬ ਹਰਿਮੰਦਰ ਸਾਹਿਬ ਦੇ ਵਿੱਚ ਝੂਠ ਬੋਲੋਗੇ ਜਾ ਕੇ, ਹਰ ਗੁਰਦੁਆਰੇ ਝੂਠ ਬੋਲੋਗੇ ਅੱਜ ਸੰਗਰਾਂਦ ਹੈ? ਕਹਿੰਦੇ ਹਾਂ ਉਹਦਾ ਤੇ ਫਿਰ ਅਸੀਂ ਹੱਲ ਲੱਭ ਲਿਆ ਔਰ ਲਿਖਿਆ, ਲਿਖਤੀ ਤੌਰ ਦੇ ਉੱਤੇ ਹੈ, ਲਿਖਤੀ ਤੌਰ ਤੇ ਹੈਗਾ, ਤੁਹਾਨੂੰ ਮੈਂ ਕਾਪੀ ਦੇ ਦਿਆਂਗਾ ਕਿ ਅਸੀਂ ਇਹ ਸੰਗਰਾਂਦ ਨਹੀਂ ਹੈ, ਇਸ ਕਰਕੇ ਅਸੀਂ ਅੱਜ ਤੋਂ ਬਾਅਦ ਇਹਨੂੰ ਸੰਗਰਾਂਦ ਨਹੀਂ ਕਿਹਾ ਕਰਾਂਗੇ, ਇਹਨੂੰ ਪ੍ਰਵਿਸ਼ਟੇ ਕਿਹਾ ਕਰਾਂਗੇ। ਕਹੋ, ਕਹਿ ਕੇ ਦੇਖੋ, ਸਾਲ ਕੀਤਾ, ਹੁਣ ਤੁਸੀਂ ਕਹੋ ਜੀ ਪ੍ਰਵਿਸ਼ਟੇ ਹੈ, ਤੁਸੀਂ ਅਨਾਊਂਸ ਕਰੋ ਪ੍ਰਵਿਸ਼ਟੇ ਹੈ, ਸੰਗਤ ਆਏ, ਮਹੀਨਾ ਪੜਿਆ ਜਾਏਗਾ, ਅਗਲੇ ਸਾਲ ਫਿਰ ਸੰਗਰਾਂਦ ਲਿਖ ਦਿੱਤਾ। ਉਹ ਤੇ ਉਹੀ ਗੱਲ ਹੋ ਗਈ, ਝੂਠ ਬੋਲਾ ਹੈ ਤੇ ਉਸ ਪੇ ਕਾਇਮ ਵੀ ਰਹੋ ਜ਼ਫਰ, ਆਦਮੀ ਕੋ ਕੁਛ ਤੋਂ ਸਾਹਿਬ ਕਿਰਦਾਰ ਹੋਣਾ ਚਾਹੀਏ। ਝੂਠ ਤੇ ਵੀ ਨਹੀਂ ਟਿਕਦੇ ਪਏ, ਝੂਠ ਦੇ ਉੱਤੇ ਤੇ ਟਿਕ ਜਾਓ ਜਿਹੜਾ ਝੂਠ ਬੋਲਿਆ ਹੈਗਾ, ਠੀਕ ਹੈ। ਸੋ ਉਹ ਜਿਹੜੀ ਡੇਟ ਫਿਕਸ ਤੁਸੀਂ ਕਰ ਦਿੱਤੀ, ਸੰਗਰਾਂਦ ਹੈ ਨਹੀਂ, ਅਸੀਂ ਇਹਨੂੰ ਮੰਨ ਲਾਂਗੇ। ਇਹ ਤੇ ਉਹੀ ਗੱਲ ਹੋ ਗਈ, ਬੰਦੇ ਦੋ ਲੜਦੇ ਪਏ ਸੀ, ਕਹਿੰਦਾ ਜੇ ਹੁਣ ਤੂੰ ਗਾਲ ਕੱਢੀ ਮੈਂ ਤੇਰੇ ਦੰਦ ਭੰਨਦਾਂਗਾ, ਕਹਿੰਦਾ ਮੰਨ ਲੈ ਕੱਢ ਦਿੱਤੀ, ਕਹਿੰਦਾ ਮੰਨ ਲੈ ਫਿਰ ਦੰਦ ਤੋੜ ਦਿੱਤੇ, ਮੰਨ ਲਈ ਤੇ ਗੁਰਪੁਰਬ ਹੋ ਗਿਆ, ਮੰਨ ਲਈ ਤੇ ਮਨਾਇਆ। ਮਕਸਦ ਸਿਰਫ ਇੱਕੋ, ਇੱਕ ਦੁਬਦਾ ਪਾਣੀ, ਭਾਵੇਂ ਤੁਸੀਂ ਜਿਹੜੀ ਗੱਲ ਕਰਨੀ ਹੈ, ਤੁਸੀਂ ਜਿਹੜੀ ਚੀਜ਼ ਲੈਣੀ ਉਹਦੇ ਤੋਂ ਦੁਬਦਾ ਪਾਣੀ ਦੀ ਕੀ ਲੋੜ ਸੀ, ਇਹਦੀ ਕੀ ਲੋੜ ਸੀ, ਇਹਨੂੰ ਕਰਨੀ ਇਹਦੇ ਬਿਨਾਂ। ਸੋ ਬੇਸਿਕਲੀ ਇਹੀ ਹੈਗਾ। ਸੋ ਕੈਲੰਡਰ ਦਾ ਤੁਹਾਨੂੰ ਸਮਝ ਆ ਗਈ ਹੈ ਬੇਸਿਕ, ਸੰਗਰਾਂਦ ਕੀ ਹੁੰਦੀ ਹੈ, ਸੰਗਰਾਂਦ ਪੋਸ ਉਹਦੀ 7ਵੀਂ, ਗੂਗਲ ਚੋਂ ਦੇਖੋ ਤੁਹਾਨੂੰ ਪਤਾ ਲੱਗ ਜਾਏਗੀ। ਜੇ ਅਗਰ ਅੱਜ 25 ਦਸੰਬਰ ਨੂੰ ਆ ਰਹੀ ਹੈ, ਅਗਰ 25 ਦਸੰਬਰ ਹੈ ਉਹ ਕੁਦਰਤ ਦੇ ਕੈਲੰਡਰ ਨਾਲ ਹੈ, ਉਸ ਦਿਨ 7ਵੀਂ ਹੈ, ਜੋ ਦਿਸ਼ਾ ਆਕਾਸ਼ ਦੀ ਅੱਜ ਹੋਏਗੀ 25 ਦਸੰਬਰ ਨੂੰ, ਉਹੀ
ਗੁਰੂ ਸਾਹਿਬ ਵੇਲੇ ਸੀ ਉਹੀ 500 ਸਾਲ ਬਾਅਦ ਵੀ ਹੋਏਗੀ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਏਗੀ। ਪਰ ਜਿਹੜਾ ਬੰਦਾ ਸੰਗਰਾਂਦ ਦੀ ਡੇਟ ਫਿਕਸ ਕਰ ਦੇਗਾ, ਇਹਦਾ ਮਤਲਬ ਜੀ ਅਸੀਂ ਇਹਦੇ ਉਹੀ ਬੰਦਾ ਜਾ ਕੇ ਕਹੇ ਕਿ ਮਤਲਬ ਉਹ ਪੜ੍ਹ ਰਿਹਾ ਸੀਗਾ ਕਿ ਸੰਡੇ ਮੰਡੇ ਟਿਊਜ਼ਡੇ ਵੈਡਨਸਡੇ ਥਰਸਡੇ ਫਰਾਈਡੇ ਸੈਟਰਡੇ ਸੰਡੇ, ਕਹਿੰਦਾ ਇਸਮੇ ਯਸਟਰਡੇ ਤੋਂ ਆਇਆ ਹੀ ਨਹੀਂ, ਉਹਨੂੰ ਯਸਟਰਡੇ ਵਾੜੀ ਜਾ ਰਿਹਾ।